ਵਾਹ ਬਈ ਵਾਹ, ਇਸ ਪੰਜਾਬੀ ਬੰਦੇ ਨੇ ਤਾਂ ਕਮਾਲ ਹੀ ਕਰਤੀ। ਹਿਮਾਚਲ ਦੇ ਵਸਨੀਕ ਦਾ ਪਰਸ ਜੋ ਕਿ ਅੱਜ ਤੋਂ 5 ਦਿਨ ਪਹਿਲਾਂ ਗੁੰਮ ਗਿਆ ਸੀ, ਨੋਟਾਂ ਦੇ ਨਾਲ ਭਰਿਆ ਹੋਇਆ ਇਹ ਪਰਸ ਇਸ ਪੰਜਾਬੀ ਨੇ ਇਸ ਹਿਮਾਚਲੀ ਨੂੰ ਵਾਪਸ ਕੀਤਾ ਹੈ। ਤਾਂ ਹੁਸ਼ਿਆਰਪੁਰ ਦੇ ਪਿੰਡ ਮੋਨਾ ਕਲਾਂ ਦਾ ਰਹਿਣ ਵਾਲਾ ਤਰਨਜੀਤ ਸਿੰਘ, ਜਿਸਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਮੰਡੀ ਦੇ ਵਿੱਚ ਨੋਟਾਂ ਦੇ ਨਾਲ ਭਰਿਆ ਹੋਇਆ ਪਰਸ ਜੋ ਕਿ ਇੱਕ ਹਿਮਾਚਲ ਦੇ ਵਿਅਕਤੀ ਦਾ ਸੀ, ਉਸ ਨੂੰ 5 ਦਿਨਾਂ ਦੇ ਬਾਅਦ ਲੱਭ ਕੇ ਵਾਪਸ ਕੀਤਾ ਹੈ। ਹੁਸ਼ਿਆਰਪੁਰ ਦੀ ਮੁੱਖ ਦਾਣਾ ਮੰਡੀ ਜਿੱਥੇ 23 ਫਰਵਰੀ ਨੂੰ ਪਿੰਡ ਮੋਨਾ ਕਲਾਂ ਦਾ ਰਹਿਣ ਵਾਲੇ ਤਰਨਜੀਤ ਸਿੰਘ ਨੂੰ ਇੱਕ ਨੋਟਾਂ ਦੇ ਨਾਲ ਭਰਿਆ ਹੋਇਆ ਬਟੂਆ ਮਿਲਿਆ ਸੀ। ਉਸ ਦੇ ਵਿੱਚ ਪੈਸਿਆਂ ਤੋਂ ਇਲਾਵਾ ਹੋਰ ਵੀ ਜ਼ਰੂਰੀ ਕਾਗਜ਼ਾਤ ਸਨ, ਪਰੰਤੂ ਤਰਨਜੀਤ ਸਿੰਘ ਦਾ ਪੈਸਿਆਂ ਵਾਲਾ ਪਰਸ ਦੇਖ ਕੇ ਮਨ ਨਹੀਂ ਡੋਲਿਆ। ਹਾਲਾਂਕਿ ਪੈਸੇ ਕਾਫੀ ਸਨ ਇਸ ਦੇ ਅੰਦਰ, ਤਾਂ ਵੀ ਤਰਨਜੀਤ ਸਿੰਘ ਬਿਲਕੁਲ ਨਹੀਂ ਡੋਲਿਆ। ਗੁਰੂਆਂ ਦੀ ਸਿਖਾਈ ਹੋਈ ਬਾਣੀ ਤੇ ਰਿਹਾ ਅਤੇ ਲਾਲਚ ਨਾ ਕਰਦਿਆਂ ਹੋਇਆ ਉਸ ਸ਼ਖਸ ਨੂੰ ਜਿਸਦਾ ਇਹ ਪਰਸ ਸੀ ਉਸ ਦੇ ਵਿੱਚ ਪਏ ਡਾਕੂਮੈਂਟ ਤੋਂ ਉਸ ਤੱਕ ਪਹੁੰਚ ਕੀਤੀ ਅਤੇ ਉਸ ਨੂੰ 5 ਦਿਨਾਂ ਦੇ ਬਾਅਦ ਪਰਸ ਵਾਪਸ ਕਰ ਦਿੱਤਾ। ਜਿਸ ਤੋਂ ਬਾਅਦ ਸ਼ਖਸ ਜੋ ਕਿ ਹਿਮਾਚਲ ਦਾ ਰਹਿਣ ਵਾਲਾ ਸੀ ਉਸਨੇ ਤਰਨਜੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਸੇ ਤਰੀਕੇ ਦੇ ਜਿਵੇਂ ਤਰਨਜੀਤ ਵਰਗੇ ਹੀ ਲੋਕ ਆਉਣ ਵਾਲੇ ਲੋਕਾਂ ਦੇ ਲਈ, ਆਉਣ ਵਾਲੀ ਪੀੜ੍ਹੀ ਦੇ ਲਈ ਮਿਸਾਲ ਬਣਦੇ ਨੇ। ਐਸੀਆਂ ਮਿਸਾਲਾਂ ਦੇਖ ਕੇ ਪੜ੍ਹ ਕੇ ਲੋਕ ਚੰਗੇ ਕੰਮ ਕਰਦੇ। ਤਾਂ ਹੁਸ਼ਿਆਰਪੁਰ ਦੇ ਪਿੰਡ ਮੋਨਾ ਕਲਾਂ ਦਾ ਰਹਿਣ ਵਾਲਾ ਤਰਨਜੀਤ ਸਿੰਘ, ਜਿਸ ਨੂੰ ਕਮੈਂਟ ਦੇ ਵਿੱਚ ਹੱਲਾਸ਼ੇਰੀ ਜ਼ਰੂਰ ਮਿਲਣੀ ਚਾਹੀਦੀ ਹੈ, ਤਾਂ ਵੱਧ ਚੜ੍ਹ ਕੇ ਕਰੋ ਕਮੈਂਟ ਅਤੇ ਤਰਨਜੀਤ ਸਿੰਘ ਨੂੰ ਦਿਓ ਹੱਲਾਸ਼ੇਰੀ। ਮੈਂ ਸਵੇਰੇ ਸਬਜ਼ੀ ਮੰਡੀ ਵਿੱਚ ਜਾਂਦਾ ਸੀਗਾ ਜੀ, ਦਾਣਾ ਮੰਡੀ ਫੜਤੇ ਉੱਥੇ ਪਿਆ ਸੀਗਾ, ਮੈਂ ਚੱਕ ਕੇ ਆਪਣੀ ਜੇਬ 'ਚ ਪਾ ਲਿਆ। ਮੈਂ ਕਿਹਾ ਵਿੱਚੋਂ ਨੰਬਰ ਨੁੰਬਰ ਲੱਭਦਾ ਜੀ, ਨੰਬਰ ਨੁੰਬਰ ਕੇ ਮੈਂ ਮਿਲਿਆ ਨਹੀਂ, ਫਿਰ ਦੂਜੇ ਦਿਨ ਨੰਬਰ ਨੁੰਬਰ ਲੱਭਿਆ ਇਹਨਾਂ ਦਾ, ਫਿਰ ਇਹਨਾਂ ਨੂੰ ਟੈਲੀਫੋਨ ਕਰਕੇ ਸੱਦਿਆ ਜੀ। ਕਦੋਂ ਤੁਹਾਨੂੰ ਮਿਲਿਆ ਸੀਗਾ ਪਰਸ? ਇਹ 23 ਤਰੀਕ ਦੀ ਗੱਲ ਆ, ਸੋਮਵਾਰ ਦੀ ਜੀ। 23 ਤਰੀਕ ਨੂੰ ਮਿਲਿਆ ਸੀਗਾ, ਹਾਂਜੀ। ਅੱਜ ਤਾਂ 28 ਤਰੀਕ ਨੂੰ ਵਾਪਸ 5 ਦਿਨ ਬਾਅਦ ਕੀਤਾ ਲੱਭ ਕੇ ਬੰਦੇ ਨੇ, ਹਾਂਜੀ ਅੱਜ। ਹਾਂਜੀ, ਕੀ ਕੀ ਸੀਗਾ ਪਰਸ ਵਿੱਚ? ਲਾਇਸੈਂਸ ਸੀਗਾ ਜੀ, 10,000 ਰੁਪਈਆ ਸੀਗਾ ਜੀ, 10,000 ਤੋਂ ਉੱਪਰ ਹੋਊਗਾ। ਅੱਜ ਕੱਲ੍ਹ ਬਹੁਤ ਘੱਟ ਲੋਕ ਹੁੰਦੇ ਨੇ ਜੀ ਇੱਦਾਂ ਇਮਾਨਦਾਰੀ ਦੀ ਜਿਹੜੀ ਮਿਸਾਲ ਪੇਸ਼ ਕਾਇਮ ਕਰਦੇ ਨੇ, ਅਤੇ ਪੈਸਿਆਂ ਦੀ ਖਾਤਰ ਦੌੜ ਭੱਜ ਲੋਕ ਕਰਦੇ ਆ। ਤੁਸੀਂ ਦਰਿਆ ਦੇ ਲਈ ਦਿਖਾਈ ਆ, ਇਮਾਨਦਾਰੀ ਦਿਖਾਈ ਆ, ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ? ਨਹੀਂ ਤਾਂ ਕੋਈ ਕੋਈ ਬੰਦਾ ਹੁੰਦਾ ਜੀ ਵਾਪਸ ਕਰਦਾ, ਨਹੀਂ ਤਾਂ ਲਾਇਸੈਂਸ ਆਪਣਾ ਕੱਢ ਕੇ, ਪੈਸੇ ਕੱਢ ਕੇ ਲਾਇਸੈਂਸ ਆਟੋਆ ਸਿੱਟ ਦਿੰਦੇ ਉੱਧਰ ਹੀ। ਪਰ ਇਹ ਨਾ ਬਹੁਤ ਲੱਭਿਆ, 1-2 ਦਿਨ ਤਾਂ ਜਿੱਦੇ ਬੰਦ ਸਾਡੇ ਲੰਘੇ, ਫਿਰ ਅੱਜ ਇਹਨਾਂ ਦਾ ਨੰਬਰ ਮਿਲਿਆ ਤਾਂ ਅੱਜ ਇਹਨਾਂ ਨੂੰ ਸੱਦਿਆ। ਲੋਕਾਂ ਨੂੰ ਜਿਹੜੀ ਆਪਣੇ ਹੱਕ ਦੀ ਕਮਾਈ ਦੇ ਵਿੱਚ, ਮਿਹਨਤ ਦੀ ਕਮਾਈ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਜੀ। ਹਾਂਜੀ ਹਾਂਜੀ, ਬਿਲਕੁਲ ਜੀ, ਬੜੀ ਇਮਾਨਦਾਰੀ ਦਿਖਾਈ ਜੀ ਇਹਨਾਂ ਵਰਗੇ, ਇਮਾਨਦਾਰੀ ਜਿਨ੍ਹਾਂ ਨੇ ਪਰਸ ਮੋੜ ਕੇ ਦਿੱਤਾ, ਨਹੀਂ ਤਾਂ ਅੱਜ ਕੱਲ੍ਹ ਦੇ ਲੋਕ ਬੜੇ ਘੱਟ ਨੇ ਜੀ ਜਿਨ੍ਹਾਂ ਨੇ ਪੈਸੇ ਵਾਪਸ ਦੇ ਦਿੱਤੇ, ਨਹੀਂ ਤਾਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਕੌਣ ਕਰਦਾ ਜੀ? ਕਿਆ ਕਿਆ ਸੀਗਾ ਜੀ ਪਰਸ? ਪਰਸ 10,000 ਤੋਂ ਉੱਪਰ ਪੈਸੇ ਥੇ ਜੀ, ਲਾਇਸੈਂਸ ਥਾ, ਆਧਾਰ ਕਾਰਡ ਥਾ ਜੀ। ਅਤੇ ਹੁਣ ਤੁਹਾਨੂੰ ਮਿਲ ਗਿਆ ਜੀ? ਮਿਲ ਗਿਆ ਜੀ, ਪੂਰੇ ਪੈਸੇ? ਪੂਰੇ ਪੈਸੇ ਜੀ। ਠੀਕ ਹੈ ਜੀ, ਧੰਨਵਾਦ ਕਰਤਾ ਜੀ ਉਹਨਾਂ ਦਾ। ਧੰਨਵਾਦ ਕਰਤਾ ਜੀ। ਹਿਮਾਚਲ ਤੋਂ ਇੱਥੇ ਸਬਜ਼ੀ ਲੈਣ ਆਉਂਦੇ ਹੋ? ਹਾਂਜੀ ਹਾਂਜੀ, ਮੈਂ ਦਾਣੇ ਮੱਕੀ ਲੈ ਕੇ ਆਇਆ ਸੀ, ਸਬਜ਼ੀ ਲੈ ਕੇ ਜਾਣਾ ਸੀ।